ਕੇਂਦਰੀ ਮੰਤਰਾਲਿਆਂ ਰਾਜ ਸਰਕਾਰਾਂ ਅਤੇ ਭਾਰਤੀ ਦੂਤਕਰਾਂ ਵਿੱਚ ਕੇਂਦ੍ਰਿਤ ਸਰਗਰਮੀਆਂ ਨਾਲ ਹੀ ਕੁਮਾਂਤਰੀ ਮੋਟਾ ਅਨਾਜਵਰਾ 2023 ਸ਼ੁਰੂ ਹੋ ਗਿਆ ਹੈ ਪ੍ਰਧਾਨ ਮੰਤਰੀ ਮੋਦੀ ਦੇ ਅਗਲਾ ਅਤੇ ਭਾਰਤ ਸਰਕਾਰ ਦੀ ਤਜਵੀਜ਼ ਤੇ ਸੰਯੁਕਤ ਰਾਸ਼ਟਰ ਨੇ ਸਾਲ 2023 ਨੂੰ ਕੁਮਾਂਤਰੀ ਮੋਟਾ ਅਨਾਜਵਰਾ ਐਲਾਨਿਆ ਹੈ ਇਹ ਟਿਕਾਊ ਖੇਤੀ ਵਿੱਚ ਮੋਟੇ ਅਨਾਜ ਦੀ ਸਮਾਰਟ ਸੁਪਰ ਫੂਡ ਵਜੋਂ ਇਸ ਦੇ ਫਾਇਦਿਆਂ ਬਾਰੇ ਜਾਗਰੂਕਤਾ ਲਿਆਉਣ ਵਿੱਚ ਮਦਦ ਕਰੇਗਾ ਇਹ ਭਾਰਤ ਦੇ ਨਾਲ-ਨਾਲ ਦੁਨੀਆ ਪੱਧਰ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਮੋਟਾ ਅਨਾਜ ਜੀ20 ਦੇ ਮੁਲਕਾਂ ਦੀਆਂ ਮੀਟਿੰਗਾਂ ਦਾ ਵੀ ਇੱਕ ਅਨਿਖੜਮਾ ਅੰਗ ਹੈ ਅਤੇ ਇਸ ਦੇ ਪ੍ਰਤੀਨਿਧਾਂ ਨੂੰ ਇਸ ਦਾ ਸਵਾਦ ਲੈਣ ਕਿਸਾਨਾਂ ਨਾਲ ਮਿਲਣਾ ਤੇ ਸਟਾਰਟਅਪ ਤੇ ਕਿਸਾਨ ਉਤਪਾਦਕ ਸੰਗਠਨਾ ਨਾਲ ਗੱਲਬਾਤ ਰਾਹੀਂ ਮੋٹے ਅਨਾਜ ਦਾ ਤਜਰਬਾ ਮਿਲੇਗਾ ਕੇਂਦਰੀ ਮੰਤਰਾਲਿਆਂ ਸੂਬਿਆਂ ਅਤੇ ਭਾਰਤੀ ਦੂਤਕਰਾਂ ਨੇ ਮੋਟਾ ਅਨਾਜ ਤੇ ਕੁਮਾਂਤਰੀ ਵਰੇ ਨੂੰ ਉਤਸ਼ਾਹਿਤ ਕਰਨ ਲਈ 2023 ਵਿੱਚ ਇੱਕ ਕੇਂਦ੍ਰਿਤ ਮਹੀਨਾ ਤੈਅ ਕੀਤਾ ਹੈ ਸਿੰਦੂ ਘਾਟੀ ਸਭਿਅਤਾ ਦੌਰਾਨ ਹੀ ਅਜਿਹੇ ਸਬੂਤ ਮਿਲੇ ਨੇ ਜਿਨ੍ਹਾਂ ਤੋਂ ਇਹ ਪਤਾ ਚੱਲਦਾ ਹੈ ਕਿ ਮੋਟਾ ਅਨਾਜ ਭਾਰਤ ਵਿੱਚ ਉਗਾਈ ਜਾਣ ਵਾਲੀ ਪਹਿਲੀ ਫਸਲ ਚੋਂ ਇੱਕ ਹੈ